ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਜੀ ਅੱਜ ਰੋਗਾ ਲੈ ਕੇ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ ਤੇ ਸਾਨੂੰ ਦੱਸਣਗੇ ਜੀ ਕਿ ਉੱਥੇ ਕੀ ਕੁਛ ਵਾਪਰ ਰਿਹਾ ਆ ਤੇ ਤੁਸੀਂ ਪੰਜਾਬੀ ਰੇਡੀਓ ਨੂੰ ਸੁਣ ਸਕਦੇ ਆ ਜੀ ਰੇਡੀਓ ਸੈੱਟ ਤੇ ਨੈੱਟ ਤੇ ਆ ਫੋਨ ਦੇ ਜ਼ਰੀਏ ਵੀ ਸੁਣ ਸਕਦੇ ਆ ਜੀ ਰੇਡੀਓ ਨੈੱਟ ਤੇ ਸੁਣਨ ਲਈ www.punjabireadiojose.com ਤੇ ਜੇ ਤੁਸੀਂ ਫੋਨ 'ਤੇ ਸੁਣਨਾ 832-551-5029 8325515029 ਦੂਸਰਾ ਫੋਨ ਨੰਬਰ 6054756868 ਅਤੇ ਜੀ ਆਪਾਂ ਚੱਲਾਂਗੇ ਹੁਣ ਵਧਾਂਗੇ ਜੀ ਖਬਰਾਂ ਦੇ ਬਾਅਦ ਅਤੇ ਖਬਰਾਂ ਜੋ ਪੰਜਾਬ ਦੇ ਵਿੱਚ ਹੈਗੀਆਂ ਉਸ ਤੋਂ ਪਹਿਲਾਂ ਅਸੀਂ ਧੰਨਵਾਦ ਕਰਨਾ ਚਾਹਵਾਂਗੇ ਸਾਡੇ ਇਸ ਪ੍ਰੋਗਰਾਮ ਦੇ ਸਪੋਂਸਰ ਦਾ ਕਰਮਪਾਲ ਸਿੰਘ ਅਤੇ ਜਸਜੀਤ ਕੌਰ ਜੀ ਕਲੋਵਿਸ ਤੋਂ ਰਣਜੀਤ ਸਿੰਘ ਜੀ ਲੇਕਵੁੱਡ ਤੋਂ ਨਿਊਜਰਸੀ ਤੋਂ ਰਜਿੰਦਰ ਕੌਰ ਜੀ ਸੈਨੋਜੇ ਤੋਂ ਬਹੁਤ ਬਹੁਤ ਤੁਹਾਡੇ ਧੰਨਵਾਦੀ ਹਾਂ ਜੀ ਤੁਸੀਂ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਅਤੇ ਹੁਣ ਅਸੀਂ ਵਧਾਂਗੇ ਅੱਜ ਦੀਆਂ ਖਬਰਾਂ ਵੱਲ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਮਿਹਰਬਾਨੀ ਜੀ ਜੀ ਬਲਤੇਜ ਪੰਨੂ ਜੀ ਆਪਾਂ ਜਿਹੜਾ ਕਾਫੀ ਜਿਹੜਾ ਭਖਿਆ ਹੋਇਆ ਮਸਲਾ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦਾ ਤੇ ਉੱਥੇ ਦੀ ਸਰਕਾਰ ਨੇ ਇਹ ਬਿਆਨ ਦਿੱਤਾ ਕਿ ਅਸੀਂ ਜਬਰੀ ਗੁਰਦੁਆਰਿਆਂ ਤੇ ਜਿਹੜਾ ਉਹ ਕੰਟਰੋਲ ਨਹੀਂ ਕਰਾਂਗੇ ਕੀ ਇਹੋ ਜਿਹੀ ਸਥਿਤੀ ਹੈ ਉੱਥੇ ਕਿ ਉਹਨਾਂ ਨੂੰ ਰੋਕਣ ਲਈ ਕੋਈ ਹੈ ਆਈ ਥਿੰਕ ਚੰਗਾ ਬਿਆਨ ਆ ਜੀ ਕਿਉਂਕਿ ਸਾਡੇ ਪੰਜਾਬ ਵਾਲੀ ਸਰਕਾਰ ਵਾਲਿਆਂ ਨੇ ਤਾਂ ਕੋਈ ਘੱਟ ਨਹੀਂ ਕੀਤੀ ਜਿਵੇਂ ਉੱਥੇ ਲਿਜਾ ਕੇ ਟਾਸਕ ਫੋਰਸ ਤੇ ਨਿਹੰਗ ਜਥੇਬੰਦੀਆਂ ਜਿਹੜੀਆਂ ਕੁਛ ਹੀ ਬਿਠਾਤੀਆਂ ਨੇ ਉੱਥੇ ਸੁੱਖਾ ਰਗ ਰਗੜ ਕੇ ਉਹ ਪੀ ਜਾਂਦੀਆਂ ਜੀ ਹਥਿਆਰ ਨੇ ਉਹਨਾਂ ਕੋਲੇ ਕਿਰਪਾਨਾਂ ਨੇ ਜੇ ਆਪਾਂ ਡੇ ਫਸਟ ਤੋਂ ਗੱਲ ਕਰਦੇ ਆ ਰਹੇ ਹਾਂ ਕਿ ਜੇ ਇਹੋ ਜਿਹਾ ਕੁਛ ਹੀ ਹਰਿਆਣੇ ਦੀ ਕਮੇਟੀ ਵਾਲਿਆਂ ਨੇ ਸੋਚ ਲਿਆ ਤਾਂ ਫਿਰ ਟਕਰਾਓ ਦੀ ਸਥਿਤੀ ਕਿਹੋ ਜਿਹੀ ਪੈਦਾ ਹੋ ਸਕਦੀ ਹੈ ਜੀ ਇਹ ਚੰਗੀ ਗੱਲ ਹੈ ਕਿ ਹਰਿਆਣੇ ਦੇ ਵਿੱਚੋਂ ਜਿਹੜਾ ਜੀ ਜਿਹੜੇ ਮਿਸਟਰ ਚੱਠਾ ਨੇ ਹਰਮਿੰਦਰ ਸਿੰਘ ਚੱਠਾ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਗੁਰਦੁਆਰਿਆਂ ਦੇ ਵਿੱਚੋਂ ਹਥਿਆਰਬੰਦ ਨਿਹੰਗ ਟਾਸਕ ਫੋਰਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਬਾਹਰ ਕੱਢਣ ਦੇ ਵਾਸਤੇ ਪੁਲਿਸ ਫੋਰਸ ਦੀ ਵਰਤੋਂ ਜਿਹੜੀ ਆ ਉਹ ਨਹੀਂ ਕੀਤੀ ਜਾਊਗੀ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਜਿਹੜਾ ਉਹ ਵਾਪਸ ਨਹੀਂ ਲਿਆ ਜਾਊਗਾ ਉਹਨਾਂ ਨੇ ਇਹ ਕਿਹਾ ਜੀ ਕਿ ਸ਼੍ਰੋਮਣੀ ਕਮੇਟੀ ਦੇ ਇਸ ਪ੍ਰਚਾਰ ਦੇ ਵਿੱਚ ਕੋਈ ਸੱਚਾਈ ਨਹੀਂ ਹੈ ਸਰਕਾਰ ਨੇ ਗੁਰਦੁਆਰੇ ਦੀ ਗੋਲਕ ਦਾ ਪੈਸਾ ਹੜੱਪਣ ਦੇ ਵਾਸਤੇ ਮਨੀ ਜਿਹੜਾ ਦੀ ਪਾਸ ਕੀਤਾ ਤੁਸੀਂ ਵੱਖ ਵੱਖ ਅਖਬਾਰਾਂ ਦੇ ਵਿੱਚ ਨਾ ਫੁੱਲ ਫੁੱਲ ਪੇਜ ਦੇ ਇਸ਼ਤਿਹਾਰ ਜਿਹੜੇ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਹੀ ਹੈ ਤੁਸੀਂ ਕੁਛ ਸੋਸ਼ਲ ਨੈਟਵਰਕ ਸਾਈਟ ਜਿਹੜੀਆਂ ਆਨਲਾਈਨ ਪੇਪਰ ਨੇ ਉਹਨਾਂ ਦੇ ਵਿੱਚ ਵੀ ਤੁਸੀਂ ਦੇਖੇ ਹੋਣੇ ਜਿਹੜੇ ਸਰਕਾਰੀ ਬੋਲੀ ਬੋਲਣ ਵਾਲੇ ਨੇ ਇਸ਼ਤਿਹਾਰ ਉੱਥੇ ਵੀ ਜਿਹੜੇ ਉਹ ਲਾਏ ਹੋਏ ਨੇ ਸ਼੍ਰੋਮਣੀ ਕਮੇਟੀ ਇੰਨਾ ਪੈਸਾ ਜਿਹੜਾ ਜੀ ਉਹਨਾਂ ਇਸ਼ਤਿਹਾਰਾਂ ਦੇ ਉੱਤੇ ਸੁੱਟ ਰਹੀ ਆ ਲੋਕਾਂ ਨੂੰ ਮੂਰਖ ਜਿਹੜਾ ਜੀ ਉਹ ਬਣਾਉਣ ਦੇ ਵਾਸਤੇ ਪਰ ਜੇ ਜਿਹੜੀ ਹਰਿਆਣੇ ਦੀ ਸਰਕਾਰ ਇਸ ਗੱਲ ਦੇ ਉੱਤੇ ਕਾਇਮ ਰਹਿੰਦੀ ਹੈ ਤਾਂ ਇਹ ਇੱਕ ਚੰਗੀ ਗੱਲ ਰਹੂਗੀ ਜੀ ਕਿ ਉਹ ਜਿਹੜੀ ਫੋਰਸ ਹੈ ਉਹਦਾ ਇਸਤੇਮਾਲ ਨਾ ਕਰਨ ਜੇ ਫੋਰਸ ਦਾ ਇਸਤੇਮਾਲ ਕਰਦੇ ਨੇ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਜੀ ਕਿ ਦੋਵਾਂ ਧੜਿਆਂ ਦੇ ਵਿਚਕਾਰ ਫਿਰ ਜੇ ਨੁਕਸਾਨ ਹੁੰਦਾ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਵੱਖਰੀ ਬਣਾਈ ਆ ਜੋ ਉਸਦਾ ਮੁੱਦਾ ਆ ਕੋਈ ਪੰਥਕ ਏਜੰਡਾ ਨਹੀਂ ਆ ਪਰ ਸਾਡੇ ਮੁੱਖ ਮੰਤਰੀ ਜਿਹੜੇ ਪ੍ਰਕਾਸ਼ ਸਿੰਘ ਬਾਦਲ ਨੇ ਉਹ ਇਸ ਨੂੰ ਪੰਥਕ ਏਜੰਡਾ ਕਿਸ ਤਰ੍ਹਾਂ ਬਣਾ ਰਹੇ ਆ ਇਹ ਵੱਖੋ ਵੱਖਰੇ ਲੋਕ ਨੇ ਜੀ ਜਿਹੜੇ ਨੋਨ ਨੇ ਜਿਨ੍ਹਾਂ ਦੇ ਬਿਆਨ ਜਿਹੜੇ ਨੇ ਉਹ ਹਮੇਸ਼ਾ ਪੜ੍ਹੇ ਸੁਣੇ ਜਾਂਦੇ ਨੇ ਜੀ ਉਹਨਾਂ ਦੇ ਵਿੱਚੋਂ ਕੁਛ ਇੱਕ ਜਿਹੜੇ ਨੇ ਜਿਨ੍ਹਾਂ ਨੇ ਆਪੋ ਆਪਣੀ ਰਾਏ ਦਿੱਤੀ ਆ ਤਾਂ ਕਿ ਜਿਹੜੇ ਲਿਸਨਰ ਨੇ ਜੀ ਉਹ ਰਾਏ ਇਹਦੇ ਉੱਤੋਂ ਬਣਾ ਸਕਣ ਜੀ ਕਿ ਵੱਖ ਵੱਖ ਵਿਦਵਾਨ ਜਿਹੜੇ ਨੇ ਉਹ ਕੀ ਕਹਿੰਦੇ ਨੇ ਜੀ ਪੰਜਾਬ ਹਰਿਆਣਾ ਹਾਈਕੋਰਟ ਦੇ ਇੱਕ ਸੀਨੀਅਰ ਵਕੀਲ ਨੇ ਮਨਜੀਤ ਸਿੰਘ ਖਹਿਰਾ ਜਿਹੜੇ ਕਿ ਆਲ ਇੰਡੀਆ ਗੁਰਦੁਆਰਾ ਐਕਟ ਤਿਆਰ ਕਰਨ ਦੇ ਵਿੱਚ ਸ਼ਾਮਿਲ ਸੀਗੇ ਉਹਨਾਂ ਨੇ ਇਹ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲਾ ਜਿਹੜਾ ਜੀ ਮਾਮਲਾ ਉਹਨਾਂ ਨੇ ਇਹ ਸਰਕਾਰ ਜਿਹੜੀ ਕੂਹਣੀ ਮੋੜ ਜਿਹੜਾ ਜੀ ਉਹ ਕੱਟ ਗਈ ਹੈ ਉਹਨਾਂ ਨੇ ਇਹ ਕਿਹਾ ਕਿ ਧਾਰਮਿਕ ਸੰਸਥਾਵਾਂ ਸੂਬੇ ਦਾ ਵਿਸ਼ਾ ਹੈ ਉਹਨਾਂ ਨੇ ਕਿਹਾ ਕਿ ਗੁਰਦੁਆਰਾ ਐਕਟ ਸੂਬਾਈ ਸੂਚੀ ਦੇ ਦਰਾਜ 32 ਦੇ ਵਿੱਚ ਇਹ ਸਰਕਾਰ ਅਧੀਨ ਆਉਂਦਾ ਜੀ ਔਰ ਹੁਣ ਸਰਕਾਰ ਆਪਣੇ ਪਹਿਲੇ ਸਟੈਂਡ ਦੇ ਉੱਤੇ ਪਿੱਛੇ ਹਟ ਗਈ ਹੈ ਜਿਹਦੇ ਵਿੱਚ ਕੇਂਦਰੀ ਸੂਚੀ ਦੇ ਦਰਾਜ 44 ਅਧੀਨ ਜਿਹੜਾ ਉਹ ਆਉਂਦਾ ਉਹਨਾਂ ਨੇ ਕਿਹਾ ਕਿ ਜਿਹੜੇ ਅਕਾਲੀ ਨੇ ਉਹਨਾਂ ਨੇ ਇਹ ਮੰਗ ਕੀਤੀ ਸੀ ਕਿ ਇਹ ਸੂਬੇ ਦਾ ਵਿਸ਼ਾ ਸੂਬੇ ਤੱਕ ਰਹਿਣ ਦੇਣਾ ਚਾਹੀਦਾ ਉਹ ਕਹਿੰਦੇ ਸਿਰਫ ਪੰਜਾਬ ਤੱਕ ਫਿਰ ਕਿਉਂ ਰਵੇ ਬਾਕੀ ਸੂਬੇ ਦੇ ਉੱਤੇ ਕਿਉਂ ਨਾ ਆਉਣ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਆਗੂ ਗੁਰਪ੍ਰੀਤ ਸਿੰਘ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਇਹ ਦੱਸੇ ਕਿ ਪਿਛਲੇ 3 ਦਹਾਕਿਆਂ ਦੇ ਵਿੱਚ ਕਿਹੜੇ ਸਿੱਖ ਮੁੱਦਿਆਂ ਨੂੰ ਉਹਨੇ ਹੁਣ ਤੱਕ ਹੱਲ ਕੀਤਾ ਜਦੋਂ ਕਿ ਹੁਣ ਉਹਨੂੰ ਇਹ ਪੰਥਕ ਏਜੰਡਾ ਜਿਹੜਾ ਜੀ ਉਹ ਲੱਗਣ ਲੱਗ ਗਿਆ
एचएस फूलका जिहड़े ने उन्होंने ये गल कही है कि अकाली दल जिहड़ा जी धार्मिक मामलों के विच ते दूजे सियासी मामलों में साफ सुथरा प्रशासन जिहड़ा वह देने च फेल होया जिहदे करके हुण उहनूं पंथक एजेंडा जिहड़ा जी वह आ गया चेते आ गया। सिख विद्वान अशोक सिंह बागड़िया जिहड़े ने वह कहिंदे ने कि हरियाणे दे विच गुरद्वारा कमेटी पंथक एजेंडा नहीं है सगों इह सिखां दा अंदरूनी मामला है। उन्होंने यह कहा कि यह नहीं भुलना चाहिए दो सिख धिर के वलों एक दूजे के खिलाफ जी लड़ाई जी है वो लड़ी जा रही है। एक होर विद्वान जड़े ने जी रघुवीर सिंह राजासांसी वह यह कहते हैं कि इस मामले के पंथक एजेंडा ता ही कहा जा सकता जे 27 जुलाई में होने वाले इकट्ठ के सारिया पंथक धिर सद्या जाए तो उन्होंने ये विचार सुने जाते जे ये इकट्ठ बादल दल ने करना है तो यू पंथक इकट्ठ नहीं कहा जा सकता ना ये पंथक एजेंडा जिहड़ा जी वह कहा जा सकता। मनजीत सिंह कलकत्ता होरां ने यह कहा कि अकाली दल जिहड़ा जी पंथक एजेंडे तो कई साल पहला वखरा हो चुका उन्हें पंजाबी पार्टी का लिबास पाया होया और उन्हें नवा संविधान जिहड़ा अपना लिया और अपने आप नूं धर्म निरपक्ष पार्टी जिहड़ी वह करार दिता सीगा। हुण उन्हां दा यह कहना है कि अकाली दल जिहड़ा वह सिखां दे राजसी मामलों के दखल दे रहा ना कि कोई होर जिहड़ा जी वह दे रहा है। उन्होंने यह भी सवाल खड़ा किया कि जे पंजाब दे सूबे दे मुख्यमंत्री होण करके प्रकाश सिंह बादल दे विच दखल दे रहे ने तां फिर हरियाणे दे मुख्यमंत्री भुपिंदर सिंह हुड्डा इहदे विच दखल क्यों नहीं दे सकते। जी बिल्कुल जिस तरह बयान भी दिता सीगा मेरे ख्याल दे विच अपने एक साडे जिहड़े MP नवें नवें चुने गए आ कि जिहड़ी सरकार आ उहने लोक सभा दे विच बयान दिता है जिहड़ा उत्थे सैशन चल रहा है कि सरकार आ जिहड़ी ओह सिखां दे मसलियां दे विच दखल दे रही आ ते की उसनू ए नहीं पता के प्रकाश सिंह बादल आप सरकार को गए या के साडे दखल देवो। जड़ी कल जे किसी ने तकरीर सुनी होवे प्रेम सिंह चंदू माजरा उहनां दी कोई होमवर्क नहीं है दी उहनां दा कुछ नहीं है जिहड़े तरीके दे नाल ओह बोल रहे सन तां तुसीं इह वी देखिआ होणा पार्लीमेंट दे विच इह तां रिकॉर्डिंग पई है जी लोक सभा दे स्पीकर उहनां ने कहा जी कि मैनूं नहीं पता तुसीं की इह इशू उठा रहे हो। उन्होंने कहा कि अपनी सीट से जरा जी वो वापस चले जाओ एक किस्म की उन्होंने अपनी बेइज्जती जी करवाई है। उन्होंने 0R के दौरान यह जरा चुकया कि गैर संविधानिक गैर कानूनी जरा जी ये मामला है। बिल्कुल जरा सवाल मनजीत सिंह कलकत्ता उन्होंने किया ना जी सब तो सॉलिड सवाल यही है जी कि जे मुख्यमंत्री पंजाब के होंदया हो इस मुद्दे दखल दे सकते हैं तो फिर मुख्यमंत्री हरियाणा क्यों नहीं दे सकते। हाँ जी बिल्कुल जिस तरह तुसीं ओह कहा कि उन्होंने दस्या कि यह जिहड़ी अकाली दल पार्टी सी अकाली पार्टी सी उस नूं छड्ड चुके आ तो 1995 तो शायद छड्ड चुके आ इन्हां ने पंजाबी पार्टी जो भी हैगा ओह बनाया होया। ते अगली गल करदे आ जी मोगे जी मोगे जी मोगे दे विच जिहड़ी कांग्रेस होई सी 96 दे विच जी उदों इन्हां ने पंजाबी पार्टी ऐलान दित्ता सी जी नूं। हाँ जी ते अगली गल करदे आ जी कांग्रेस ते अकालियां दा ड्रग ते उत्ते जिहड़ा दोस्ताना मैच होया एक्चुअली ये हालात ही जिहड़े बदल गए पिछले कई महीनों तो जिहड़े फसे रहे जी विक्रम सिंह मजीठिया होरी उन्हां दे वास्ते ऑक्सीजन का काम जिहड़ा जी कीता जिहड़ा नाम राजा वड़िंग का आ गया जी इस मामले दे उत्ते दोनों जिहड़े ने इन्हां दी उह चुपचाप शांति रहे जिहड़ी कांग्रेस घेरन दे वास्ते गई सी विधानसभा दे विच सत्ताधारी धिर नूं उत्थे सत्ताधारी धिर जिहड़ी आ उह विरोधी धिर नूं घेरदी दिसी जी। जिहड़ा मामला सीगा ओह जिथे कांग्रेस ने उठाया कि राजा वड़िंग दा नाम आउण तों बाद नाल दी नाल प्रैस कॉन्फ्रेंस दे विच वी दस्सिया जा रहा वट्सएप दे उत्ते वी जिहड़ा जी सारा कुछ तुरिया फिरदा जदों नाम विक्रम सिंह मजीठिया होरां दा आया सीगा झट देनी क्लीन चिट देती सी ना कोई प्रैस कॉन्फ्रेंस जिहड़ी सी ओह कीती सी। विक्रम सिंह मजीठिया होरां ने कहा काका 2 दिनां च तेरियां अक्खां च अथरू आ गए मैनूं तां 6 महीने हो गए भुगतदे नूं मेरा परिवार जिहड़ा ओह वी भुगत रिहा। तो इस मामले के उत्ते जिहड़े विधानसभा के स्पीकर ने उन्होंने कहा कि ध्यान रखा जाए कि जदों किसी विधायक का नाम आता है इहो जिहे मामले दे विच उहदी पहला छानबीन कर ली जाए उहनूं उछालिया ना जाए। हुण भाव के हुण जदों अपने ते कांग्रेस से आ गई तां कांग्रेस ने तकरीबन भुल भुला के मुद्दा जिहड़ा सीगा जी सारा राजा वड़िंग दे उत्ते ही लैण दा और जिहड़े अकाली सीगे जी उहनां नूं राहत मिल गई। जदों शुक्रवार नूं पिछले कहा सीगा कांग्रेस ने कि इस ड्रग दे इशू दे उत्ते बहस कराओ ਤਾਂ ਉਸ ਦਿਨ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਸੀਗਾ ਕਿ ਸੋਮਵਾਰ ਜਾਂ ਮੰਗਲਵਾਰ ਨੂੰ ਇਹਦੇ ਉੱਤੇ ਬਹਿਸ ਕਰਾਵਾਂਗੇ ਲੰਮੀ ਬਹਿਸ ਦਾ ਵਿਸ਼ਾ ਹੈ ਇਹ ਤੇ ਐਤਵਾਰ ਨੂੰ ਇਹ ਸਾਰਾ ਕੁਝ ਜਿਹੜਾ ਰਾਜਾ ਵੜਿੰਗ ਦੇ ਉੱਤੇ ਆ ਜਾਂਦਾ ਤੇ ਜਿਹੜਾ ਸਿਨੈਰੀਓ ਟੋਟਲੀ ਬਦਲ ਜਾਂਦਾ ਵਿਧਾਨ ਸਭਾ ਦੇ ਵਿੱਚ ਇਹਦੇ ਪਿਛਲੀ ਜਿਹੜੀ ਕਹਾਣੀ ਕੀ ਆ ਅਸਲ ਦੇ ਵਿੱਚ ਇਹਦਾ ਤੁਸੀਂ ਇੱਥੋਂ ਲਾ ਸਕਦੇ ਹੋ ਕਿ ਸੋਮਵਾਰ ਕਿਉਂ ਚੁਣਿਆ ਗਿਆ ਸੀਗਾ। ਹਾਂਜੀ
ਤੇ ਜੀ ਅਗਲੀ ਗੱਲਬਾਤ ਕਰਦੇ ਹਾਂ ਆਪਾਂ ਮਾਰਕੰਡੇ ਕਾਟਜੂ ਨੇ ਜਿਹੜਾ ਦੋਸ਼ ਲਾਇਆ ਆ ਕਿ ਜਿਹੜੇ ਜਿਹੜੇ ਤਿੰਨ ਸਾਬਕਾ ਚੀਫ ਜਸਟਿਸ ਸੀ ਉਹਨਾਂ ਨੇ ਜਿਹੜੇ ਗੈਰ ਵਾਜਬ ਸਮਝੌਤੇ ਕੀਤੇ ਸੀ। ਜਸਟਿਸ ਕਾਟਜੂ ਹੋਰਾ ਦਾ ਜਿਹੜੇ ਇਹ ਬਿਆਨ ਹੈ ਜਿਹੜੇ ਉਹਨਾਂ ਨੇ ਦੋਸ਼ ਲਾਏ ਨੇ ਬੜੇ ਗੰਭੀਰ ਨੇ ਕਿਉਂਕਿ ਇਹ ਸਿੱਧੇ ਸਿੱਧੇ ਜੁਡੀਸ਼ਰੀ ਦੇ ਉੱਤੇ ਲਾਏ ਨੇ ਜੀ। ਸੁਪਰੀਮ ਕੋਰਟ ਦੇ ਸਾਬਕਾ ਉਹ ਜੱਜ ਰਹੇ ਨੇ ਜੀ ਮਾਰਕੰਡੇ ਕਾਟਜੂ, ਉਹਨਾਂ ਨੇ ਇੱਕ ਨਵਾਂ ਵਾਦ ਜਿਹੜਾ ਦੀ ਪੈਦਾ ਕਰਤਾ। ਉਹਨਾਂ ਨੇ UPA ਦੇ ਰਾਜਕਾਲ ਦੇ ਦੌਰਾਨ ਤਾਮਿਲਨਾਡੂ ਚ ਇੱਕ ਕਥਿਤ ਭ੍ਰਿਸ਼ਟ ਜੱਜ ਦੀ ਬਹਾਲੀ ਲਈ ਸਾਬਕਾ ਚੀਫ ਜਸਟਿਸਾਂ ਨੇ ਗਲਤ ਸਮਝੌਤੇ ਕੀਤੇ। ਕਾਟਜੂ ਨੇ ਇਹ ਕਿਹਾ ਕਿ ਜਸਟਿਸ RC ਲਾਹੌਟੀ, YK ਸੱਭਰਵਾਲ ਤੇ KG ਬਾਲਾ ਕ੍ਰਿਸ਼ਨਨ ਨੇ ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਦੇ ਬਾਵਜੂਦ ਇਸ ਜੱਜ ਨੂੰ ਅਹੁਦੇ ਤੇ ਬਣਾਈ ਰੱਖਿਆ। ਉਹਨਾਂ ਕਿਹਾ ਕਿ ਤਾਮਿਲਨਾਡੂ ਦੀ ਇੱਕ ਪਾਰਟੀ ਦੇ ਦਬਾਅ ਹੇਠ UPA ਸਰਕਾਰ ਨੇ ਇਹਨੂੰ ਜੱਜ ਜਿਹੜਾ ਬਣਾਇਆ ਸੀਗਾ। ਜਿਹੜੇ ਦੋ ਸਾਬਕਾ ਚੀਫ ਜਸਟਿਸਾਂ ਦੇ ਵਿੱਚ KG ਬਾਲਾ ਕ੍ਰਿਸ਼ਨਨ ਤੇ RC ਲਾਹੌਟੀ ਨੇ ਪ੍ਰੈਸ ਕੌਂਸਲ ਦੇ ਚੇਅਰਮੈਨ ਮਾਰਕੰਡੇ ਕਾਟਜੂ ਵੱਲੋਂ ਲਾਏ ਜਿਹੜੇ ਦੋਸ਼ ਨੇ ਉਹ ਰੱਦ ਕੀਤੇ ਨੇ। ਬਾਲਾ ਕ੍ਰਿਸ਼ਨਨ ਨੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਅਰਥਹੀਣ, ਆਧਾਰਹੀਣ ਜਿਹੜਾ ਦੀ ਉਹ ਕਰਾਰ ਦਿੱਤਾ ਹੈ। ਪਰ ਮੁਸ਼ਕਲ ਇਹ ਹੈ ਕਿ ਹਾਲਾਂਕਿ ਇਹ ਮਾਮਲਾ ਜਿਹੜਾ ਜੀ ਕੱਲ ਰਾਜ ਸਭਾ ਦੇ ਵਿੱਚ ਵੀ ਕਾਫੀ ਤੂਲ ਫੜ ਗਿਆ। ਸਵਾਲ ਇਹ ਹੈ ਕਿ ਜੇ ਜੁਡੀਸ਼ਰੀ ਦੇ ਉੱਤੇ ਏਡਾ ਵੱਡਾ ਸਵਾਲੀਆ ਚਿੰਨ ਕਾਟਜੂ ਹੋਰਾਂ ਨੇ ਲਾਇਆ ਤਾਂ ਇਹਦੀ ਬਕਾਇਦਾ ਤੌਰ ਦੇ ਉੱਤੇ ਜਾਂਚ ਜਿਹੜੀ ਆ ਉਹ ਹੋਣੀ ਚਾਹੀਦੀ ਆ। ਜਿਹੜਾ ਲੋਕਾਂ ਦਾ ਵਿਸ਼ਵਾਸ ਹੈ ਉਹ ਲੈ ਦੇ ਕੇ ਜੁਡੀਸ਼ਰੀ ਦੇ ਉੱਤੇ ਜਾ ਕੇ ਖੜਾ ਹੁੰਦਾ ਹੈ ਤੇ ਜੇ ਜੁਡੀਸ਼ਰੀ ਦੇ ਉੱਤੇ ਏਡੇ ਗੰਭੀਰ ਦੋਸ਼ ਜਿਹੜੇ ਲੱਗ ਰਹੇ ਨੇ ਤੇ ਤੁਸੀਂ ਦਾਅਵਾ ਲਾ ਸਕਦੇ ਹੋ ਕਿ ਕਿੰਨਾ ਕੁ ਸੀਰੀਅਸ ਮਸਲਾ ਹੈ। ਹਾਂ ਜੀ, ਤੇ ਬਿਲਕੁਲ ਅਗਲੀ ਗੱਲਬਾਤ ਕਰਦੇ ਹਾਂ ਕਿ ਕਾਂਗਰਸ ਦੇ ਵਿੱਚ ਸਦਾ ਹੀ ਜਿਹੜਾ ਬਹੁਤ ਕਾਫੀ ਸਾਲਾਂ ਤੋਂ ਜਿਹੜਾ ਕਾਟੋ ਕਲੇਸ਼ ਆ ਉਹ ਬੜਾ ਵਧਿਆ ਹੋਇਆ ਆ, ਪਰ ਜਿੱਥੇ ਜਿੱਥੇ ਪਾਵਰ ਦੇ ਵਿੱਚ ਆ ਤੇ ਉੱਥੇ ਉੱਥੇ ਵੀ ਇਹਨਾਂ ਦੀਆਂ ਜਿਹੜੀਆਂ ਬਾਗੀ ਸੁਰਾਂ ਆ ਉਹ ਟਾਈਮ ਟਾਈਮ ਤੇ ਜਿਹੜੀਆਂ ਉੱਭਰ ਰਹੀਆਂ। ਜੀ, ਕਾਂਗਰਸ ਦੇ ਮਾੜੇ ਦਿਨ ਜਿਹੜੇ ਇਹਨਾਂ ਦੀ ਉਹ ਆਏ ਹੋਏ ਨੇ। ਲੋਕ ਸਭਾ ਚੋਣਾਂ ਦੇ ਵਿੱਚ ਮੂੰਹ ਦੀ ਖਾਣ ਤੋਂ ਬਾਅਦ ਇਸ ਵੇਲੇ ਕਾਂਗਰਸ ਦੇ ਵਿੱਚ ਬਾਗੀ ਸੁਰਾਂ ਜਿਹੜੀਆਂ ਨੇ ਉਹ ਕਾਫੀ ਉੱਚੀਆਂ ਹੁੰਦੀਆਂ ਜਾ ਰਹੀਆਂ ਨੇ ਜੀ। ਤੇ ਇੱਕ ਸਾਈਡ ਤੋਂ ਲੈ ਕੇ ਦੂਜੀ ਸਾਈਡ ਤੱਕ ਬਗਾਵਤ ਜਿਹੜੀ ਹੈ ਜੀ ਦਿਨੋ ਦਿਨ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਜਿਹੜੀਆਂ ਬਾਗੀ ਸੁਰਾਂ ਨੇ ਜੀ ਉਹ ਸੋਨੀਆ ਗਾਂਧੀ, ਰਾਹੁਲ ਗਾਂਧੀ ਵੱਲ ਨੂੰ ਨਿਸ਼ਾਨਾ ਜਿਹੜਾ ਉਹ ਸੇਧ ਰਹੀਆਂ ਨੇ। ਲੱਗਦਾ ਇਉਂ ਆ ਕਿ ਇਹ ਮਹਾਂਪੁੱਤ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਘਿਰ ਜਾਣਗੇ ਇਸ ਮਸਲੇ ਦੇ ਵਿੱਚ। ਮਹਾਰਾਸ਼ਟਰ ਤੇ ਅਸਾਮ ਚ ਕਾਂਗਰਸ ਦੀ ਬਗਾਵਤ ਜਿਹੜੀ ਉਹ ਖੁੱਲ੍ਹ ਕੇ ਸਾਹਮਣੇ ਆ ਗਈ ਹੈ ਜੀ। ਹਰਿਆਣੇ ਵਿਚਲੀ ਬਗਾਵਤ ਕਿਸੇ ਤੋਂ ਲੁਕੀ ਛਿਪੀ ਨਹੀਂ। ਜਿਹੜੀ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਨੇ ਜੀ ਮਹਾਰਾਸ਼ਟਰ ਤੇ ਅਸਾਮ ਦੇ ਮੈਨੂੰ ਜੀ ਆਪਾਂ ਗੱਲਬਾਤ ਕਰ ਰਹੇ ਸੀਗੇ ਜਿਵੇਂ ਕਾਂਗਰਸ ਦੇ ਬਾਗੀ ਸੁਰਾਂ ਦੀ ਜੀ, ਕਾਂਗਰਸ ਜਿਹੜੀ ਹੈ ਜੀ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਇਸ ਵੇਲੇ ਕਰਨਾ ਪੈ ਰਿਹਾ ਜੀ ਕਈ ਸੂਬਿਆਂ 'ਚ। ਮੈਂ ਦੱਸ ਰਿਹਾ ਸੀ ਕਿ ਮਹਾਰਾਸ਼ਟਰ ਤੇ ਅਸਾਮ ਦੇ ਵਿੱਚ ਬਗਾਵਤ ਜਿਹੜੀ ਉਹ ਖੁੱਲ੍ਹ ਕੇ ਸਾਹਮਣੇ ਆ ਗਈ ਹੈ। ਬਗਾਵਤ ਹਰਿਆਣੇ ਦੇ ਵਿੱਚ ਵੀ ਚੱਲ ਰਹੀ ਹੈ। ਮਹਾਰਾਸ਼ਟਰ ਦੇ ਵਿੱਚ ਕਾਂਗਰਸ ਦੇ ਸੀਨੀਅਰ ਮੰਤਰੀ ਨਾਰਾਇਣ ਰਾਣੇ ਨੇ ਮੁੱਖ ਮੰਤਰੀ ਪ੍ਰਿਥਵੀ ਰਾਜ ਚੌਹਾਨ ਦੇ ਨਾਲ ਮੁਲਾਕਾਤ ਕਰਕੇ ਆਪਣਾ ਅਸਤੀਫਾ ਜਿਹੜਾ ਜੀ ਉਹਨਾਂ ਨੂੰ ਦੇ ਦਿੱਤਾ, ਔਰ ਚੌਹਾਨ ਨੇ ਚ ਫੈਸਲਾ ਲੈਣ ਦੀ ਲੈਣ ਚ ਢਿੱਲ ਨੂੰ ਕਮਜ਼ੋਰ ਦੱਸਦਿਆਂ ਰਾਣੇ ਨੇ ਕਿਹਾ ਜੀ ਕਿ ਆਉਂਦੀਆਂ ਵਿਧਾਨ ਸਭਾ ਦੇ ਵਿੱਚ ਪਾਰਟੀ ਦੀ ਹਾਰ ਦੇ ਭਾਈਵਾਲ ਉਹ ਨਹੀਂ ਬਣਨਾ ਚਾਹੁੰਦੇ। ਉਧਰ ਅਸਾਮ ਦੇ ਵਿੱਚ ਕਾਂਗਰਸ ਮੰਤਰੀ ਜਿਹੜੀ ਹੇਮੰਤ ਵਿਸ਼ਵਾਸ ਸ਼ਰਮਾ ਨੇ ਉਹਨਾਂ ਨੇ ਰਾਜਪਾਲ ਨੂੰ ਅਸਤੀਫਾ ਦਿੱਤਾ। ਉਹਨਾਂ ਦਾਅਵਾ ਕੀਤਾ ਕਿ 38 ਵਿਧਾਇਕਾਂ ਨਾਲ ਮਿਲ ਕੇ ਉਹਨਾਂ ਮੁੱਖ ਮੰਤਰੀ ਤਰੁਣ ਗੋਗੋਈ ਖਿਲਾਫ ਬੇਭਰੋਸਗੀ ਜਿਹੜੀ ਆ ਉਹ ਜਿਤਾਈ ਹੈ। ਉਂਝ ਅਸਾਮ ਦੇ ਵਿੱਚ ਵਿਧਾਨ ਸਭਾ ਚੋਣਾਂ ਚ ਕਰੀਬ 2 ਸਾਲ ਦਾ ਅਜੇ ਸਮਾਂ ਜਿਹੜਾ ਪਿਆ, ਪਰ ਜਿਵੇਂ ਜਿਵੇਂ ਬਾਗੀ ਸੁਰਾਂ ਜਿਹੜੀਆਂ ਇਹ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਉਭਰਦੀਆਂ ਤੁਰੀਆਂ ਆਉਂਦੀਆਂ ਨੇ, ਕਾਂਗਰਸ ਦੇ ਵਾਸਤੇ ਇਹ ਮੁਸ਼ਕਲ ਆਉਣ ਵਾਲੇ ਦਿਨਾਂ ਦੇ ਵਿੱਚ ਬਣਨੀ ਹੈ ਜੀ। ਹਾਂਜੀ, ਤੇ ਅੱਗੇ ਗੱਲ ਕਰਦੇ ਜੀ ਜਿਵੇਂ ਕਾਲਜਾਂ ਦੇ ਪ੍ਰੋਫੈਸਰ ਆ ਤੇ ਉਹਨਾਂ ਦੀਆਂ ਤਨਖਾਹਾਂ ਵੀ ਕਹਿੰਦੇ ਰੁਕੀਆਂ ਹੋਈਆਂ। ਰੁਕੀਆਂ ਦੀ ਫੈਸਲੇ ਉੱਤੇ ਸਾਰੀਆਂ ਤਨਖਾਹਾਂ ਜਿਹੜੀਆਂ ਉਹ ਰੁਕੀਆਂ ਹੋਈਆਂ ਨੇ। ਦੱਸ ਰਹੇ ਸਨ ਯੂਨੀਵਰਸਿਟੀ ਤੋਂ, ਕਹਿੰਦੇ ਜੀ ਉੱਥੇ ਜੇ ਕਿਸੇ ਨੇ ਰਿਟਾਇਰ ਹੋਣਾ ਤੇ ਰਿਟਾਇਰ ਹੋਣ ਮੌਕੇ ਜਿਹੜਾ ਉਹਨਾਂ ਦੇ ਫੰਡ ਵਗੈਰਾ ਮਿਲਦੇ ਨੇ ਉਹ ਹੈ ਹੀ ਨਹੀਂ ਜੀ। ਉਹ ਕਹਿੰਦੇ ਰਿਟਾਇਰਮੈਂਟ ਲੈਣੀ ਲੈ ਲਓ ਤੁਹਾਨੂੰ ਪੈਨਸ਼ਨ ਮਿਲੀ ਜਾਊਗੀ, ਬਾਕੀ ਹੋਰ ਕੋਈ ਫੰਡ ਨਹੀਂ ਮਿਲਣੇ ਕਿਉਂਕਿ ਉਹਨਾਂ ਦੇ ਪੱਲੇ ਕੁਛ ਨਹੀਂ ਹੈਗਾ। ਔਰ ਪੰਜਾਬ ਦੇ ਗੈਰ ਸਰਕਾਰੀ ਕਾਲਜਾਂ ਦੇ ਅਧਿਆਪਕ ਜਿਹੜੇ ਨੇ ਜੀ ਪਿਛਲੇ 13 ਮਹੀਨਿਆਂ ਤੋਂ ਉਹਨਾਂ ਦੀ ਜਿਹੜੀ ਰੁਕੀ ਹੋਈ ਤਨਖਾਹ ਉਹ ਮਿਲਣ ਦੀ ਆਸ ਜਿਹੜੀ ਆ ਉਹ ਹਾਲ ਦੀ ਘੜੀ ਟੁੱਟ ਗਈ ਹੈ। ਸਰਕਾਰ ਵੱਲੋਂ ਜਿਹੜੀ ਉੱਚ ਸਿੱਖਿਆ ਵਾਸਤੇ ਜਿਹੜਾ ਚੱਲ ਰਿਹਾ ਸਾਲ ਜੀ ਇਹਦੇ ਬਜਟ ਦੇ ਵਿੱਚ 260 ਕਰੋੜ ਰੁਪਈਏ ਦਾ ਬੰਦੋਬਸਤ ਕੀਤਾ ਗਿਆ, ਜਦੋਂ ਕਿ ਇਹ ਜਿਹੜਾ ਪੈਸਾ ਇਸ ਵੇਲੇ ਦੀਆਂ ਤਨਖਾਹਾਂ ਦੇਣ ਦੇ ਵਾਸਤੇ ਬਹੁਤ ਥੋੜਾ। ਜਿਹੜਾ ਬਜਟ ਦੇ ਵਿੱਚ 327 ਕਰੋੜ ਰੁਪਈਏ ਦੀ ਮੰਗ ਜਿਹੜੀ ਉਹ ਕੀਤੀ ਗਈ ਸੀ, ਦਿੱਤਾ ਗਿਆ 260 ਕਰੋੜ ਰੁਪਈਆ। ਜਿਹੜੇ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ 192 ਕਾਲਜ ਦੇ ਅਧਿਆਪਕਾਂ ਨੂੰ ਜਿਹੜੀ ਇਹ ਵਿੱਤੀ ਸੰਕਟ ਦੀ ਮਾਰਕਾਂ ਦੀ 2013 ਤੋਂ ਬਾਅਦ ਤਨਖਾਹ ਨਹੀਂ ਦਿੱਤੀ ਗਈ। ਉੱਚ ਸਿੱਖਿਆ ਵਿਭਾਗ ਜਿਹੜਾ ਜੀ ਉਹਨੇ ਇਹਨਾਂ ਕਾਲਜਾਂ ਨੂੰ ਆਖਰੀ ਵਾਰੀ 59 ਕਰੋੜ ਰੁਪਈਏ ਦੀ ਤਬਾਹੀ ਗ੍ਰਾਂਟ ਜਿਹੜੀ ਆ 2013 ਦੇ ਵਿੱਚ ਜਾਰੀ ਕੀਤੀ ਸੀਗੀ।
ਔਰ ਪਿਛਲੇ ਸਾਲ ਬਜਟ ਦੇ ਵਿੱਚ ਕਾਲਜ ਦੀ ਗ੍ਰਾਂਟ ਦੇ ਵਾਸਤੇ 200 ਕਰੋੜ ਰੁਪਏ ਰੱਖੇ ਗਏ ਸੀਗੇ, ਪਰ ਇਹ ਰਕਮ ਜਿਹੜੀ ਸੀ ਟੀਚਰਾਂ ਨੂੰ ਜਿਹੜੇ 2006 ਦੇ ਸੀਗੇ ਬਕਾਏ ਚੁਕਾਉਣ ਦੇ ਨਾਲ ਹੀ ਮੁੱਕ ਗਈ ਸੀਗੀ। ਭਾਵ ਕਿ ਹਾਲ ਦੀ ਘੜੀ 13 ਮਹੀਨਿਆਂ ਵਾਲਾ ਜਿਹੜਾ ਸੋਕਾ ਚੱਲ ਰਿਹਾ ਹੈ ਇਹਨਾਂ ਅਧਿਆਪਕਾਂ ਦਾ, ਇਹਨਾਂ ਪ੍ਰੋਫੈਸਰਾਂ ਦਾ, ਉਹ ਖਤਮ ਨਹੀਂ ਹੋਊਗਾ ਜੀ, ਅਜੇ ਚਾਲੂ ਰਹੂਗਾ। ਜੀ, ਤੇ ਅਗਲੀ ਗੱਲ ਆਪਾਂ ਕਰਦੇ ਜੀ ਬਾਲ ਸੁਧਾਰ ਘਰ ਤੇ, ਉੱਥੋਂ ਵੀ ਕਈ ਜਿਹੜੇ ਕਹਿੰਦੇ ਕੈਦੀ ਆ ਭੱਜ ਗਏ ਤੇ ਉਹਨਾਂ ਦੇ ਵਿੱਚ ਇੱਕ ਬੜਾ ਖਤਰਨਾਕ ਕੈਦੀ ਵੀ ਭੱਜ ਚੁੱਕਿਆ। ਜੀ ਇਹ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਹੈ ਜੀ ਕੌਲਨੀ ਕੈਂਪ ਦੇ ਵਿੱਚ ਬਣਿਆ ਹੋਇਆ ਬਾਲ ਸੁਧਾਰ ਘਰ ਹੈ ਜੀ, ਜੁਵੇਨਾਈਲ ਹੋਮ। ਇੱਥੇ 5 ਕੈਦੀ ਜਿਹੜੇ ਨੇ ਉਹ ਜਿਹੜੇ ਉੱਥੇ ਸਿਕਿਉਰਿਟੀ ਦੇ ਉੱਤੇ ਸੀ ਜੀ, ਉਹਨਾਂ ਨੂੰ ਚਕਮਾ ਦੇ ਕੇ ਫਰਾਰ ਹੋ ਗਏ ਨੇ। ਇਹ ਸਾਰੇ ਬਾਲਗ ਹੋ ਚੁੱਕੇ ਨੇ, 18 ਸਾਲ ਤੋਂ ਵੱਧ ਉਮਰ ਦੇ ਨੇ ਔਰ ਬੜੇ ਗੰਭੀਰ ਅਪਰਾਧਕ ਮਾਮਲਿਆਂ ਦੇ ਵਿੱਚ ਜਿਹੜੇ ਉਹ ਸ਼ਾਮਲ ਨੇ। ਅਜੇ ਤੱਕ ਇਹਨਾਂ ਦਾ ਕੋਈ ਸੁਰਾਗ ਜਿਹੜਾ ਉਹ ਨਹੀਂ ਮਿਲਿਆ। ਜਿਹੜਾ ਗੁਸਲਖਾਨੇ ਦੀ ਕੰਧ ਸੀਗੀ ਜੀ ਉਹ ਪਾੜ ਕੇ ਇਹ ਦੌੜੇ ਨੇ। ਇਹਦੇ ਚ ਮਨਪ੍ਰੀਤ ਸਿੰਘ ਜਿਹੜਾ ਸ਼ਾਮਲ ਹੈ ਜੀ, ਜਿਹੜਾ ਹੁਸ਼ਿਆਰਪੁਰ ਪੁਲਿਸ ਲਾਈਨ ਦਾ ਰਹਿਣ ਵਾਲਾ, ਵਿਪਨ ਕੁਮਾਰ ਹੈ ਜਲੰਧਰ ਦਾ ਰਹਿਣ ਵਾਲਾ, ਸੰਜੇ ਕੁਮਾਰ ਹੈ ਫਗਵਾੜੇ ਦਾ, ਨਵਜੀਤ ਸਿੰਘ ਆ ਇਹ ਪਿੰਡ ਬਾਹਦ, ਤੇ ਮਨਦੀਪ ਸਿੰਘ ਜਿਹੜਾ ਜੀ ਉਹ ਰਵਿਦਾਸ ਨਗਰ ਦੇ ਜਿਹੜਾ ਉਹ ਰਹਿਣ ਵਾਲਾ। ਵਿਪਨ ਜਿਹੜਾ ਜੀ ਉਹ ਹੱਤਿਆ ਦੇ ਮਾਮਲੇ ਦੇ ਵਿੱਚ ਕੈਦ ਸੀਗਾ, ਨਵਜੀਤ ਜਿਹੜਾ ਜੀ ਉਹ ਕਤਲ ਦੇ ਮਾਮਲੇ ਦੇ ਵਿੱਚ, ਔਰ ਸੰਜੇ ਕੁਮਾਰ ਜਿਹੜਾ ਡਰੱਗ ਕੇਸ ਦੇ ਮਾਮਲੇ ਦੇ ਵਿੱਚ ਸੀਗਾ, ਔਰ ਜਿਹੜੇ ਮਨਪ੍ਰੀਤ ਤੇ ਮਨਦੀਪ ਸੀਗੇ ਜੀ ਉਹ ਚੋਰੀ ਤੇ ਡਕੈਤੀ ਦਾ ਮਾਮਲਾ ਇਹਨਾਂ ਦੇ ਉੱਤੇ ਦਰਜ ਸੀਗਾ। ਭਾਵ ਕਿ ਸਾਰੇ ਦੇ ਸਾਰੇ ਇਹ ਖਤਰਨਾਕ ਕੈਦੀ ਸਨ ਜਿਹੜੇ ਦੌੜ ਗਏ ਨੇ, ਅਜੇ ਤੱਕ ਕਾਬੂ ਨਹੀਂ ਆਏ। ਹਾਂਜੀ, ਤੇ ਜਿਸ ਤਰ੍ਹਾਂ ਜੀ ਸਾਨੂੰ ਖਬਰਾਂ ਦੇ ਵਿੱਚ ਵੀ ਸੁਣਨ ਨੂੰ ਮਿਲਦਾ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਬੜੇ ਛਾਪੇ ਮਾਰ ਰਹੇ ਆ, ਉਹਨਾਂ ਦੇ ਆਪਣੇ ਹੀ ਜਿਹੜੇ ਅਧਿਕਾਰੀ ਆ ਕਿ ਉਹ ਟਾਈਮ ਸਿਰ ਪਹੁੰਚਣ, ਕਿੰਨਾ ਕੁ ਅਸਰ ਹੋ ਰਿਹਾ ਆ ਉਹਨਾਂ ਦੇ ਛਾਪੇ ਮਾਰਨ ਦਾ? ਕੋਈ ਖਾਸ ਨਹੀਂ ਜੀ, ਕੱਲ ਉਹਨਾਂ ਨੇ ਫੇਰ ਛਾਪੇ ਜਿਹੜੇ ਮਾਰੇ, 160 ਮੁਲਾਜ਼ਮ ਜਿਹੜੇ ਉਹ ਗੈਰ ਹਾਜ਼ਰ ਸੀਗੇ ਜੀ ਆਪਣੇ ਮੋਹਾਲੀ ਦੇ ਵਿੱਚ। ਜਿਹੜੇ ਤੁਸੀਂ ਇਹ ਲਾਓ ਕਿ ਪਿਛਲੇ ਦਿਨਾਂ ਦੇ ਵਿੱਚ DGSC ਜਿਹੜੇ ਨਵੇਂ ਲਾਏ ਨੇ GK ਸਿੰਘ, ਉਹ ਵੀ ਆਪਣੇ ਦਫ਼ਤਰ ਦੇ ਵਿੱਚ ਜਿਹੜੇ ਹੈ ਨਹੀਂ ਸੀਗੇ ਜੀ। GK ਸਿੰਘ ਤੋਂ ਇਲਾਵਾ DPI ਸਕੂਲ ਜਿਹੜੇ ਨੇ ਡਾਕਟਰ ਕਮਾਲ ਗਰਗ, ਉਹਦੇ ਸਣੇ 160 ਮੁਲਾਜ਼ਮ ਜਿਹੜੇ ਨੇ ਉਹ ਗੈਰ ਹਾਜ਼ਰ ਪਾਏ ਗਏ ਨੇ। ਜ਼ਿਆਦਾਤਰ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਛੁੱਟੀ ਤੇ ਹੋਣ ਦਾ ਪਤਾ ਲੱਗਾ ਜੀ, ਪਰ ਜਿਹੜੇ ਹਾਜ਼ਰੀ ਰਜਿਸਟਰ ਹੈ ਉਹਦੇ ਵਿੱਚ ਇਹਦਾ ਕੋਈ ਜ਼ਿਕਰ ਨਹੀਂ ਸੀਗਾ। ਜਿਹੜੀ ਫਰਲੋ ਮਾਰਦੇ ਨੇ ਨਾ ਉੱਥੇ ਕਾਗਜ਼ ਲਿਖ ਕੇ ਰੱਖ ਜਾਂਦੇ ਨੇ, ਜੇ ਕੋਈ ਆ ਗਿਆ ਇਹ ਛੁੱਟੀ ਦਿਖਾ ਦਿਓ, ਨਹੀਂ ਤਾਂ ਫਰਲੋ ਦਿੱਤੇ। ਮਿਲ ਕੇ ਹੀ ਸਾਰੇ ਜਿਹੜੇ ਨੇ ਨਾ ਜੀ ਉਹ ਹੱਡ ਹਰਾਮ ਇਹਨਾਂ ਦੇ ਪਿਆ ਹੋਇਆ। ਪਰ ਮੁਸ਼ਕਲ ਇਹ ਹੈ ਕਿ ਮੁੱਖ ਮੰਤਰੀ ਛਾਪੇ ਮਾਰਦਾ ਹੋਵੇ ਤੇ ਫੇਰ ਵੀ ਇਹਨਾਂ ਦੇ ਉੱਤੇ ਅਸਰ ਨਾ ਹੋਵੇ, ਇਹਦਾ ਮਤਲਬ ਇਹੀ ਹੈ ਜੀ ਕਿ ਜਿਹੜੀ ਪਕੜ ਹੈ ਸਰਕਾਰ ਦੇ ਉੱਤੇ ਉਹ ਘੱਟ ਹੈ, ਮੁੱਖ ਮੰਤਰੀ ਦੀ ਹੈ ਹੀ ਨਹੀਂ। ਜਾਂ ਜੇ ਇਸ ਲੈਵਲ ਦੇ ਮੁਲਾਜ਼ਮ ਹੀ ਉਹਨਾਂ ਤੋਂ ਨਹੀਂ ਡਰ ਰਹੇ ਤਾਂ ਫਿਰ ਜਿਹੜੇ ਸੀਨੀਅਰ ਨੇ ਉਹ ਕੀ ਕਰ ਰਹੇ ਹੋਣਗੇ? ਜੀ ਬਿਲਕੁਲ, ਕਹਿੰਦੇ ਮੁੱਖ ਮੰਤਰੀ ਦਾ ਡਰ ਨਾ ਹੋਇਆ ਤੇ ਫਿਰ ਕਾਹਦਾ ਡਰ ਹੋਊਗਾ। ਤੇ ਅਗਲੀ ਗੱਲ ਵੀ ਜੇ ਇਹਨਾਂ ਦੀ ਕਰ ਲਈਏ, ਕੀ ਜਿਹੜੀ ਆ ਸੁਖਬੀਰ ਬਾਦਲ ਦੀ ਤਾਜਪੋਸ਼ੀ ਹੋ ਸਕਦੀ 27 ਜੁਲਾਈ ਨੂੰ? ਕਿਉਂਕਿ ਅਟਕਲ ਵਜੋਂ ਬੜੇ ਲੱਗ ਰਹੇ ਨੇ ਜੀ ਇਸ ਤੇ, ਏਦਾਂ ਦੀਆਂ ਕਨਸੋਨ ਜਿਹੜੀਆਂ ਨੇ ਉਹ ਆ ਰਹੀਆਂ ਨੇ ਜੀ ਕਿ ਇਹ ਸਾਰਾ ਕੁਝ ਜਿਹੜਾ ਨਾ ਜੀ ਉਹ ਡਰਾਮਾ ਕੀਤਾ ਲੋਈ ਲਾਉਣ ਲਈ, ਤੋਂ ਭਾਵ ਕਿ ਇਹ ਸਾਰਾ ਕੀਤਾ ਹੀ ਇਸ ਕਰਕੇ ਜਾ ਰਿਹਾ ਹੈ ਕਿ ਜਿਹੜੀ ਤਾਜਪੋਸ਼ੀ ਹੈ ਉਹ ਦੇ ਦਿੱਤੀ ਜਾਵੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ। ਜਿਵੇਂ ਹੁਣ ਪੰਥਕ ਜਿਹੜਾ ਏਜੰਡਾ ਜੀ ਉਹਨੂੰ ਲੈ ਕੇ ਤਕੜੇ ਪੱਧਰ ਦੇ ਉੱਤੇ ਬਹਿਸ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਹੈ ਕਿ ਇਹ ਪੰਥਕ ਏਜੰਡਾ ਹੀ ਨਹੀਂ ਹੈ, ਮੋਰਚਾ ਜਿਹੜਾ ਜੀ ਉਹ ਕਿਵੇਂ ਲੱਗੂਗਾ, ਕੀ ਉਹ ਲੋਕ ਜਿਹੜੇ ਨੇ ਲੱਭ ਜਾਣਗੇ ਜਿਹੜੇ ਪਹਿਲਾਂ ਸਾਫਾ ਜਿਹੜਾ ਸੀ ਉਹ ਮੋਢੇ ਦੇ ਉੱਤੇ ਧਰ ਕੇ ਤੁਰ ਪੈਂਦੇ ਹੁੰਦੇ ਸਨ, ਦੱਸੋ ਜੀ ਬਾਦਲ ਸਾਹਿਬ ਕਿੱਥੇ ਮੋਰਚਾ ਲਾਉਣਾ। ਉਹ ਟਾਈਮ ਦੇ ਵਿੱਚ ਤੇ ਹੁਣ ਦੇ ਟਾਈਮ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਇਹਦੇ ਚ ਕੋਈ ਸ਼ੱਕ ਨਹੀਂ ਕਿ 27 ਤਰੀਕ ਨੂੰ ਇਕੱਠ ਕਰ ਲਿਆ ਜਾਊਗਾ, ਪਤਾ ਹੀ ਹੈ ਕਿਵੇਂ ਕਰ ਲਿਆ ਜਾਣਾ। MLA ਜਾਂ ਜਿਹੜੇ SGPC ਦੇ ਮੈਂਬਰ ਨੇ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਲਾਈਆਂ ਨੇ ਪਿੰਡਾਂ ਦੇ ਵਿੱਚ ਉਹ ਬੰਦੇ ਲੈ ਆਉਣਗੇ, ਪਰ ਅੱਗੋਂ ਮੋਰਚਾ ਜਿਹੜਾ ਲਾਇਆ ਜਾ ਸਕੂਗਾ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲੀਆ ਚਿੰਨ ਹੈ। ਜਿਹੜੀ ਮੈਂ ਗੱਲ ਕੀਤੀ ਸੀ ਤੁਹਾਨੂੰ ਕਿ ਜਿਹੜੇ ਬਾਗਰੀਆ ਸਾਹਿਬ ਨੇ ਜਿਹੜਾ ਉਹਨਾਂ ਨੇ ਸਵਾਲ ਉਠਾਇਆ ਸੀ ਕਿ ਜੇ ਤਾਂ ਇਹਦੇ ਚ ਸਾਰੀਆਂ ਧਿਰਾਂ ਸ਼ਾਮਲ ਹੁੰਦੀਆਂ ਨੇ, ਉਹਨਾਂ ਦੀ ਸੁਣੀ ਜਾਂਦੀ ਹੈ, ਤਾਂ ਇਹਨੂੰ ਪੰਥਕ ਕੱਟ ਦਾ ਨਾਮ ਦਿੱਤਾ ਜਾ ਸਕਦਾ ਹੈ। ਇਹ ਤਾਂ ਲੱਗਦਾ ਜਿਹੜਾ ਜੀ ਤਕਰੀਬਨ ਹਾਰੀ ਹੋਈ ਲੜਾਈ ਲੜ ਰਹੇ ਨੇ ਪ੍ਰਕਾਸ਼ ਸਿੰਘ ਬਾਦਲ ਹੋਰੀ, ਸ਼ਾਇਦ ਉਹ ਇਹ ਗੱਲ ਹੁਣ ਕਹਿਣਗੇ ਕਿ ਮੈਂ ਜਿਹੜਾ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਕੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾ ਕੇ ਇਸ ਮੋਰਚੇ ਨੂੰ ਸੰਭਾਲੂੰਗਾ। ਜੇ ਇਹ ਹੁੰਦਾ ਤਾਂ ਇਹਦਾ ਮਤਲਬ ਫਿਰ ਇੱਕ ਤਾਂ ਇਹ ਨਿਕਲੂਗਾ ਜੀ ਕਿ ਸਾਰਾ ਡਰਾਮਾ ਜਿਹੜਾ ਰਚਿਆ ਗਿਆ ਸੀਗਾ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮੁੱਖ ਮੰਤਰੀ ਜਿਹੜਾ ਉਹ ਬਣਾਉਣ ਦੇ ਵਾਸਤੇ। ਜੀ ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਉਹ ਅਕਾਲੀ ਹੁਣ ਕਿੱਥੋਂ ਲੱਭਣਗੇ ਜਿਹੜੇ ਤੁਰ ਪੈਂਦੇ ਸੀਗੇ ਇਹਨਾਂ ਦਾ ਪੰਥਕ ਮੋਰਚਾ ਸੁਣ ਕੇ,
ਤੇ ਗੱਲ ਕੀ ਹੈ ਕਿ ਉਹਨਾਂ ਨੇ ਉਹਨਾਂ ਦੇ ਤਾਂ ਹੁਣ ਡਾਂਗਾਂ ਵੱਜਦੀਆਂ ਉਹਨਾਂ ਕਿਸਾਨਾਂ ਦੇ, ਉਹ ਜਿਹੜੇ ਅਕਾਲੀ ਸੀਗੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ। ਦੂਜਾ ਤੁਸੀਂ ਕਿਹਾ ਵੀ ਕਿ ਬਾਅਦ ਵਿੱਚ ਮੋਰਚਾ ਕਿਸ ਤਰ੍ਹਾਂ ਚੱਲੂਗਾ, ਹੋ ਸਕਦਾ ਜੀ ਜਿਹੜਾ ਪੰਥਕ ਇਕੱਠ ਆ ਕਰ ਰਹੇ ਆ ਸੋ ਕਾਲ ਪੰਥਕ ਇਕੱਠ, ਉਸ ਦੇ ਵਿੱਚ ਤਾਜਪੋਸ਼ੀ ਕਰਕੇ ਹੀ ਉੱਥੋਂ ਇਹ ਅਲਵਿਦਾ ਕਹਿ ਜਾਣ ਸਭ ਕੁਛ ਹੀ। ਇਹ ਹੋ ਸਕਦਾ ਜੀ ਅਟਕਲ ਪੱਚੂ ਜਿਹੜੇ ਆ ਉਹ ਬਹੁਤ ਬਣ ਰਹੇ ਆ। ਅਤੇ ਅੱਗੇ ਜੀ ਤੁਸੀਂ ਕੱਲ੍ਹ ਇੱਕ ਗੱਲ ਸ਼ੇਅਰ ਕੀਤੀ ਸੀਗੀ ਬਲਵਿੰਦਰ ਸਿੰਘ ਭੁੰਦੜ ਦੀ ਜ਼ਮੀਨ ਦਾ, ਅਤੇ ਉਸ ਦਾ ਵੀ ਕਾਫੀ ਰੌਲਾ ਗੌਲਾ ਕਿ ਅਸੀਂ 200 ਏਕੜ ਤੋਂ ਜ਼ਿਆਦਾ ਜ਼ਮੀਨ ਹਰਿਆਣੇ ਦੇ ਵਿੱਚ ਆ, ਅਤੇ ਤੁਸੀਂ ਦੱਸਿਆ ਸੀ ਕਿ ਉੱਥੇ ਪਾਣੀ ਜਾ ਰਿਹਾ, ਅਤੇ ਪਾਣੀ ਕਿਸ ਤਰ੍ਹਾਂ ਜਾ ਰਿਹਾ ਉੱਥੇ ਜਦ ਕਿ ਹਰਿਆਣੇ ਨੂੰ ਪਾਣੀ ਦੇਣਾ ਬੰਦ ਆ? ਇਹ ਇਹੀ ਤਾਂ ਖੈਰਾ ਜੀ ਤਕੜੇ ਦਾ ਸੱਤੀ ਵੀ ਹੀ ਸੌ ਵਾਲੀ ਗੱਲ, ਜਿਹੜਾ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਉੱਥੇ ਜਿਹੜਾ ਵਰਤੋਂ ਦੇ ਵਿੱਚ ਆਉਂਦਾ ਜੀ ਉਸ ਤਕਰੀਬਨ 2-2.5 ਕਿਊਸਿਕ ਹੀ ਆਉਂਦਾ, 200 ਕਿਊਸਿਕ ਪਾਣੀ ਜਿਹੜਾ ਜੀ ਉਸ ਨਹਿਰ ਦੇ ਵਿੱਚ ਛੱਡਿਆ ਜਾ ਰਿਹਾ ਸਿਰਫ ਇਸ ਕਰਕੇ ਕਿ ਬਲਵਿੰਦਰ ਸਿੰਘ ਭੁੰਦੜ ਹੋਰਾਂ ਦੀ ਜਿਹੜੀ ਜ਼ਮੀਨ ਆ ਉਹਦੀ ਸਿੰਜਾਈ ਜਿਹੜੀ ਆ ਉਹ ਕੀਤੀ ਜਾ ਸਕੇ। ਇਹ ਮਾਮਲਾ ਵਿਰੋਧੀ ਧਿਰ ਦੇ ਵੱਲੋਂ ਚੁੱਕਣਾ ਬਣਦਾ ਸੀਗਾ ਜੀ, ਵਿਰੋਧੀ ਧਿਰ ਨੂੰ ਵੜਿੰਗ ਵਾਲਾ ਹੀ ਜ਼ਿਆਦਾ ਜਿਹੜਾ ਜੀ ਉਹ ਰਿਹਾ, ਇਸ ਕਰਕੇ ਉਹਨੇ ਇਹ ਮਸਲਾ ਚੁੱਕਿਆ ਨਹੀਂ। ਅਜੇ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ, ਉਮੀਦ ਹੈ ਕਿ ਇਹਦੇ ਵਿੱਚ ਜਿਹੜਾ ਜੀ ਉਹ ਚੁੱਕਿਆ ਜਾਊਗਾ। ਇੱਕ ਪਾਸੇ ਤਾਂ ਇਹ ਕਿਹਾ ਜਾ ਰਿਹਾ ਸਾਡੇ ਕੋਲ ਇੱਕ ਬੂੰਦ ਵੀ ਪਾਣੀ ਜਿਹੜਾ ਫਾਲਤੂ ਨਹੀਂ ਹੈਗਾ, ਦਵਾਈ ਪਾਉਣ ਲੱਗ ਜਾਂਦੇ ਨੇ ਉਸੇ ਵੇਲੇ ਰਿਪੇਰੀਅਨ ਕਾਨੂੰਨ ਦੀ। ਦੂਜੇ ਪਾਸੇ ਇੱਕ ਅਕਾਲੀ ਮੰਤਰੀ ਜਿਹੜਾ ਜੀ ਉਹਦੇ ਵਾਸਤੇ ਜਿਹਦੇ ਪਾਣੀ ਉਹਦੇ ਦੇਣ ਨੂੰ ਜੀ ਇੰਨਾ ਪਾਣੀ ਜਿਹੜਾ ਉਹ ਅਜਾਈ ਅੱਗੋਂ ਤੁਰਿਆ ਜਾ ਰਿਹਾ ਜੀ। ਜੇ ਇਹ ਪੰਜਾਬ ਦੀ ਸਿੰਚਾਈ ਦੇ ਵਾਸਤੇ ਖਰਚਿਆ ਜਾਵੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨੀ ਜ਼ਮੀਨ ਹੈ ਜਿਹੜੀ ਉਹ ਸਿੰਜੀ ਜਾ ਸਕਦੀ ਹੈ ਇਹਦੇ ਨਾਲ। ਹਾਂ ਜੀ ਬਿਲਕੁਲ, ਜਿਹਨਾਂ ਨੇ ਅੰਨ ਉਪਜ ਕਰਨਾ ਪੰਜਾਬ ਦੇ ਵਿੱਚ। ਅਤੇ ਮੇਰਾ ਲਾਸਟ ਸਵਾਲ ਹੋਊਗਾ ਜੀ, ਆਖਰੀ ਸਵਾਲ ਹੋਊਗਾ ਕਿ ਜਿਵੇਂ ਕੇਜਰੀਵਾਲ ਨੇ ਦਿੱਲੀ ਦੀ ਵਿਧਾਨ ਸਭਾ ਭੰਗ ਕਰਨ ਦੀ ਵੀ ਮੰਗ ਕੀਤੀ ਆ ਜੀ, ਉਹਨਾਂ ਨੇ ਆਪਣੇ ਜਿਹੜੇ ਵਿਧਾਇਕ ਨੇ ਜੀ ਉਹ ਸਾਰੇ ਦੇ ਸਾਰੇ ਨਾਲ ਲੈ ਕੇ ਗਏ ਨੇ। ਅਸਲ ਦੇ ਵਿੱਚ ਕਾਂਗਰਸ ਨੇ ਇੱਕ ਪਰੇਡ ਜਿਹੜੀ ਉਹ ਕਰਾਈ ਸੀ ਆਪਣੇ ਵਿਧਾਇਕਾਂ ਦੀ ਮੀਡੀਆ ਦੇ ਸਾਹਮਣੇ, ਇਹ ਦੱਸਣ ਲਈ ਕਿ ਸਾਰੇ ਵਿਧਾਇਕ ਜਿਹੜੇ ਨੇ ਉਹ ਸਾਡੇ ਨਾਲ ਨੇ, ਕੋਈ ਨੀ ਖਰੀਦਿਆ ਗਿਆ। ਮੀਡੀਆ ਦੇ ਸਾਹਮਣੇ ਤਾਂ ਨਹੀਂ ਪਰ ਦੂਜੇ ਤਰੀਕੇ ਦੇ ਨਾਲ ਜਿਹੜੀ ਹੈ ਜੀ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਉਹ ਲੈਫਟੀਨੈਂਟ ਗਵਰਨਰ ਦੇ ਕੋਲ ਆਪਣੇ ਸਾਰੇ ਵਿਧਾਇਕ ਜਿਹੜੇ ਲੈ ਕੇ ਗਏ ਨੇ, ਇਹ ਦੱਸਣ ਦੇ ਵਾਸਤੇ ਕਿ ਸਾਰੇ ਵਿਧਾਇਕ ਜਿਹੜੇ ਨੇ ਉਹ ਇਕੱਠੇ ਨੇ ਤੇ ਉਹਨਾਂ ਦੇ ਨਾਲ ਹੀ ਨੇ। ਉਹਨਾਂ ਨੇ ਮੰਗ ਕੀਤੀ ਹੈ ਕਿ ਜਿਹੜੀ ਵਿਧਾਨ ਸਭਾ ਹੈ ਉਹਨੂੰ ਭੰਗ ਕਰਕੇ ਉੱਥੇ ਚੋਣਾਂ ਜਿਹੜੀਆਂ ਨੇ ਉਹ ਕਰਵਾਈਆਂ ਜਾਣ ਛੇਤੀ ਤੋਂ ਛੇਤੀ। ਜਿਹੜੇ ਲੈਫਟੀਨੈਂਟ ਗਵਰਨਰ ਨੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਵਾਰੀ ਅਜੇ ਬੀਜੇਪੀ ਨੂੰ ਜਿਹੜਾ ਜੀ ਉਹ ਸੱਦ ਕੇ ਪੁੱਛਣਾ। ਬੀਜੇਪੀ ਜਿਹੜੀ ਆ ਉਹ ਇਹ ਕਹੀ ਜਾਂਦੀ ਹੈ, ਦੋਵੇਂ ਗੱਲਾਂ ਜਿਹੜੀਆਂ ਕਹੀ ਜਾਂਦੀ ਹੈ, ਇੱਕ ਪਾਸੇ ਇਹ ਵੀ ਕਹਿੰਦੀ ਹੈ ਕਿ ਜੇ ਸੱਦਾ ਦਿੱਤਾ ਤੇ ਸਰਕਾਰ ਬਣਾ ਵੀ ਲਵਾਂਗੇ, ਉਂਝ ਵੈਸੇ ਅਸੀਂ ਇਲੈਕਸ਼ਨਾਂ ਦੇ ਵਾਸਤੇ ਵੀ ਤਿਆਰ ਹਾਂ। ਇਹੀ ਸਵਾਲ ਜਿਹੜਾ ਜੀ ਲੈਫਟੀਨੈਂਟ ਗਵਰਨਰ ਦੇ ਕੋਲੇ ਉਠਾ ਕੇ ਆਏ ਨੇ ਕਿ ਜਦੋਂ ਉਹਨਾਂ ਕੋਲੇ 32 MLA ਸਨ ਉਦੋਂ ਕਹਿੰਦੇ ਸੀ ਅਸੀਂ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਨਹੀਂ, ਹੁਣ ਜਦੋਂ ਉਹਨਾਂ ਕੋਲੇ 32 ਰਹਿ ਗਏ ਨੇ ਤੇ ਉਹ ਕਹਿੰਦੇ ਨੇ ਜੀ ਕਿ ਅਸੀਂ ਜਿਹੜਾ ਅਸੀਂ ਸਰਕਾਰ ਬਣਾ ਸਕਦੇ ਹਾਂ। ਉਹ ਸਰਕਾਰ ਕਿਵੇਂ ਬਣਾਉਣਗੇ ਇਹੀ ਗੱਲ ਸਮਝ ਕਿਸੇ ਨੂੰ ਨਹੀਂ ਆ ਰਹੀ। ਉਹਨਾਂ ਨੇ 20 ਕਰੋੜ ਵਾਲਾ ਮਾਮਲਾ ਵੀ ਉਠਾਇਆ ਕਿ 20 ਕਰੋੜ ਦੇ ਵਿੱਚ ਇੱਕ MLA ਜਿਹੜਾ ਉਹ ਖਰੀਦਿਆ ਜਾ ਰਿਹਾ, ਔਰ ਇਹਦੇ ਉੱਤੇ ਲੈਫਟੀਨੈਂਟ ਗਵਰਨਰ ਨੇ ਕਿਹਾ ਸੀ ਕਿ ਇਸ ਮਾਮਲੇ 'ਤੇ ਉਹ ਕੁਛ ਨਹੀਂ ਕਰ ਸਕਦੇ, ਨਾ ਉਹਨਾਂ ਨੂੰ ਪਤਾ ਹੀ ਹੈ ਕਿ ਇੱਦਾਂ ਦਾ ਕੁਛ ਹੋ ਰਿਹਾ। ਜੀ ਪੰਨੂ ਜੀ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।